ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਫ੍ਰੀ ਕੀਤਾ ਗਿਆ। ਕਿਸਾਨਾਂ ਦੇ ਵੱਲੋਂ ਇੱਥੇ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਬਿਨਾਂ ਪਰਚੀ ਕਟਾਏ ਵਾਹਨ ਇੱਥੋਂ ਲੰਘਦੇ ਰਹੇ। ਦੱਸ ਦਈਏ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਹੈ, ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ। ਖੁਦ ਉੱਥੇ ਖੜ ਕੇ ਮੁਫ਼ਤ ਦੇ ਵਿੱਚ ਵਾਹਨ ਕਿਸਾਨਾਂ ਦੇ ਵੱਲੋਂ ਲੰਘਾਏ ਗਏ। ਦੱਸ ਦਈਏ ਕਿ ਖਸਤਾ ਹਾਲਤ ਰਾਹੋਂ ਸੜਕ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਹ ਧਰਨਾ ਦਿੱਤਾ ਗਿਆ। ਕਰੀਬ 1 ਘੰਟੇ ਲਈ ਬਿਨਾਂ ਪਰਚੀ ਲਏ ਵਾਹਨ ਇੱਥੋਂ ਲੰਘਦੇ ਰਹੇ। ਅੱਜ ਕਿਸਾਨਾਂ ਦਾ ਹੜ ਲਾਡੋਵਾਲ ਟੋਲ ਪਲਾਜ਼ੇ ਤੇ ਨਜ਼ਰ ਆਇਆ। ਨੈਸ਼ਨਲ ਹਾਈਵੇ ਤੇ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ। 1 ਘੰਟੇ ਦੇ ਲਈ ਪਲਾਜ਼ਾ ਤੋਂ ਟੋਲ ਦੇ ਕੇ ਲੰਘਣ ਵਾਲੇ ਵਾਹਨਾਂ ਨੂੰ ਫ੍ਰੀ ਦੇ ਵਿੱਚ ਟੋਲ ਤੋਂ ਕਢਵਾਇਆ ਗਿਆ। ਪ੍ਰਧਾਨ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਰਾਹੋਂ ਰੋਡ ਸੰਘਰਸ਼ ਕਮੇਟੀ ਦੇ ਬੈਨਰ ਹੇਠ ਉਹ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਰਾਹੋਂ ਸੜਕ ਦੀ ਖਸਤਾ ਹਾਲਤ ਦੇ ਸੁਧਾਰ ਲਈ ਸੰਘਰਸ਼ ਕਰਦੇ ਆ ਰਹੇ ਨੇ। ਪਰ ਆਲਮ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਅੱਜ ਵੀ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਟੋਲ ਫ੍ਰੀ ਕਰਨਾ ਪਿਆ। ਇਹ ਜਿਹੜਾ ਧਰਨਾ ਚੱਲ ਰਿਹਾ ਰਾਹੋਂ ਰੋਡ ਨੂੰ ਲੈ ਕੇ ਚੱਲ ਰਿਹਾ ਜੀ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਕੰਮ ਲਟਕਿਆ ਹੋਇਆ ਵਾ, ਉਹਨੂੰ ਬਣਾਉਣ ਦੇ ਲਈ ਧਰਨਾ ਲੱਗਾ ਹੋਇਆ ਹੈ। ਮੰਗਾਂ ਇਹੀ ਹੈ, ਸਾਡਾ ਰੋਡ ਬਣਾਇਆ ਜਾਵੇ, ਜਿਹੜਾ ਜਿਹਨੂੰ ਪਿਛਲੇ ਲੰਬੇ ਸਮੇਂ ਤੋਂ ਨਹੀਂ ਬਣਾਇਆ ਗਿਆ, ਜਿਹਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰਨਾ, ਸਾਡੇ 14 ਜੀਆਂ ਦੀ ਮੌਤ ਹੋਈ ਆ, ਸਾਡੇ ਪਰਿਵਾਰ ਨੇ 100 ਪਿੰਡ ਲੱਗਦਾ ਇਸ ਰਾਹੋਂ ਰੋਡ ਤੇ, ਕਦੀ ਪੈਚ ਵਰਕ ਵੀ ਨਹੀਂ ਕੀਤਾ, ਰੋਡ ਆਪਣੀ ਹੋਂਦ ਹੀ ਗਵਾ ਗਿਆ। ਟੈਂਡਰ ਲੱਗਿਆ ਹੋਇਆ, ਟੈਂਡਰ ਅਲਾਟਮੈਂਟ ਵੀ ਹੋ ਗਿਆ, ਖੁੱਲ ਗਿਆ, ਕੰਪਨੀ ਨੂੰ ਮਿਲ ਗਿਆ, ਕੰਮ ਨਹੀਂ। ਕਾਰਨ ਕੀ ਤੁਸੀਂ ਇਸ ਸੰਬੰਧੀ ਕੋਈ ਰਿਟਨ ਫਾਰਮੈਲਿਟੀ ਨਹੀਂ ਕੀਤੀ ਸੰਬੰਧਿਤ ਡਿਪਾਰਟਮੈਂਟ ਨੂੰ? ਮੈਂ ਕਿਹਾ ਜੀ ਸਾਰੇ ਡਿਪਾਰਟਮੈਂਟ ਨਾਲ ਗੱਲ ਹੁੰਦੀ ਆ, ਪਰ ਬਹਾਨੇਬਾਜ਼ੀ ਅੱਜ ਆ ਹੋ ਗਿਆ। ਦਰਅਸਲ 'ਚ ਟੂਲ ਪਲਾਜ਼ੇ ਤੋਂ ਸਾਰਿਆਂ ਨੂੰ ਮਾਇਆ ਆ ਜਾਂਦੀ ਆ ਜੀ। ਜੀ ਜਿਹੜੀ ਗੱਲ ਮਤਲਬ ਸੜਕ ਨਾ ਬਣਨ ਦਾ ਕਾਰਨ ਇਹ ਆ ਕਿ ਕਿਉਂਕਿ ਉਹ ਸੜਕ ਦੁਆਬੇ ਏਰੀਏ ਨੂੰ ਜੋੜਦੀ ਆ ਜੀ, ਜਿੰਨਾ ਹੁਸ਼ਿਆਰਪੁਰ, ਨਵਾਂ ਸ਼ਹਿਰ, ਗੜ੍ਹ ਸ਼ੰਕਰ ਸਾਰੀ ਆਵਾਜਾਈ ਉੱਧਰ ਦੀ ਹੋ ਜਾਂਦੀ, ਅਤੇ ਇਸ ਕਰਕੇ ਇਹ ਸਾਡੇ ਜਿਹੜੇ 14 ਜੀ ਸਾਡੇ ਪਰਿਵਾਰਾਂ ਦੇ ਉੱਤੇ ਐਕਸੀਡੈਂਟ 'ਚ ਮਾਰੇ ਜਾ ਚੁੱਕੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਸੰਘਰਸ਼ ਕਰਦਿਆਂ ਨੂੰ? ਸੰਘਰਸ਼ ਹੀ ਕਰਦੇ ਆ ਰਹੇ ਹਾਂ, ਪਿਛਲੇ 3-4 ਸਾਲਾਂ ਤੋਂ ਕਰਦੇ ਆ ਰਹੇ ਅਤੇ ਮੈਂ ਪਿਛਲੀ 10 ਮਾਰਚ ਤੋਂ ਧਰਨੇ ਸ਼ੁਰੂ ਕੀਤੇ ਸੀ। ਧਰਨੇ ਸ਼ੁਰੂ ਤੁਸੀਂ ਕੰਟੀਨਿਊ ਕਰ ਰਹੇ ਹੋ, ਪਰ ਹਜੇ ਤੱਕ ਵੀ ਕੋਈ ਸਰਕਾਰ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ? ਮੈਂ ਤੁਹਾਨੂੰ ਦੱਸ ਰਿਹਾ ਜੀ, ਇੱਕ ਧਰਨਾ ਲਾਉਂਦੇ ਹਾਂ ਪੈਸੇ ਪੈ ਜਾਂਦੇ, ਦੂਜਾ ਧਰਨਾ ਲਾਉਂਦੇ ਹਾਂ ਟੈਂਡਰ ਲੱਗ ਜਾਂਦਾ, ਤੀਜਾ ਧਰਨਾ ਲਾਉਂਦੇ ਹਾਂ ਤਾਂ ਟੈਂਡਰ ਖੁੱਲ੍ਹ ਜਾਂਦਾ, ਆਹ ਕੁਛ ਹੋ ਰਿਹਾ। ਮਤਲਬ ਕਹਿਣ ਤੋਂ ਭਾਵ ਸੜਕ ਨਹੀਂ ਬਣੀ? ਜੇ ਅੱਜ ਤੁਹਾਡੀ ਨਾ ਗੱਲ ਸੁਣੀ, ਅਗਲਾ ਕੀ ਏਜੰਡਾ ਤੁਹਾਡਾ? ਨਹੀਂ ਇੱਥੇ ਬੈਠੇ ਜੀ। ਹਾਂਜੀ ਅੱਗੇ ਨਹੀਂ ਜਾਣਾ, ਇੱਥੇ ਬੈਠੇ। ਟੋਲ ਪਲਾਜ਼ਾ 1 ਘੰਟੇ ਲਈ ਅੱਜ ਫ੍ਰੀ ਕਰਾਂਗੇ, ਕੱਲ੍ਹ ਨੂੰ ਟਾਈਮ ਵਧਾਵਾਂਗੇ। ਠੀਕ ਹੈ ਜੀ, ਥੈਂਕ ਯੂ।